ਸਤਨਾਮ ਸਤਨਾਮ ਕਹਿ ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਤੇ ਪਹਿਲਾ ਕਾਰਨ ਬਣਦਾ ਹੈ ਉਹ ਲੋਕ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪਣੀ ਬਾਣੀ ਦਰਜ ਕਰਾਉਣਾ ਚਾਹੁੰਦੇ ਸੀ। ਚਾਰ ਕਵੀ ਕਾਨਾ, ਪੀਲੂ, ਛੱਜੂ ਔਰ ਹਸਨ ਪਾਤਸ਼ਾਹ ਦੇ ਕੋਲ ਆਏ ਨੇ। ਪਾਤਸ਼ਾਹ, ਪਤਾ ਲੱਗਾ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰ ਰਹੇ ਹੋ। ਸੰਪਾਦਨਾ ਕਰਨ ਦੀ ਲੋੜ ਵੀ ਕੀ ਪਈ? ਉਹਦੀ ਲੋੜ ਇਸ ਕਰਕੇ ਪਈ, ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਇੱਕ ਸ਼ਬਦ ਵਰਤਦਾ ਹੈ, ਏਕ ਦਿਵਸ ਪ੍ਰਭ ਪ੍ਰਾਤਾ ਕਾਲ ਦਇਆ ਭਏ ਪ੍ਰਭ ਦੀਨ ਦਿਆਲ ਰਿਚਿਤ ਉਪਜੀ ਪ੍ਰਗਟੋ ਤਹਿ ਪੰਥ ਤਹਿ ਕਾਰਨ ਕੀਚੇ ਅਬ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਨ ਦੀ ਪਹਿਲੀ ਲੋੜ ਇਹ ਪਈ ਕਿ ਗੁਰੂ ਕੇ ਸਿੱਖਾਂ ਨੇ ਗੁਰੂ ਪਾਤਸ਼ਾਹ ਨੂੰ ਕਿਹਾ, ਪਾਤਸ਼ਾਹ ਜਿਹੜੇ ਤੁਹਾਡੇ ਚਰਨਾਂ ਦੇ ਭੌਰੇ ਗੁਰੂ ਕੇ ਸਿੱਖ ਨੇ, ਜਿਹੜੇ ਹਮੇਸ਼ਾ ਤੁਹਾਡੇ ਚਰਨਾਂ ਦੇ ਕੋਲ ਰਹਿੰਦੇ ਨੇ, ਉਹਨਾਂ ਨੂੰ ਤਾਂ ਤੁਹਾਡੀ ਬਾਣੀ ਦਾ ਪਤਾ ਹੈ। ਤੇ ਸੱਚ ਜਾਣਿਓ ਪਾਤਸ਼ਾਹ, ਅਸੀਂ ਦੁਬਧਾ ਚ ਪੈ ਜਾਂਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਛਾਪ ਲਾ ਕੇ ਕੱਚੀਆਂ ਬਾਣੀਆਂ ਉਚਾਰੀਆਂ ਜਾਂਦੀਆਂ ਨੇ, ਤੇ ਉਹ ਅੱਜ ਵੀ ਪ੍ਰਚਲਿਤ ਨੇ ਬਹੁਤ ਥਾਵਾਂ ਤੇ। ਆ ਪੰਜਾਬ ਦੀਆਂ ਅੱਧੀਆਂ ਟਰਾਲੀਆਂ ਦੇ ਉੱਪਰ ਲਿਖਿਆ ਹੁੰਦਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਅੱਧੀਆਂ ਟਰਾਲੀਆਂ ਤੇ ਲਿਖਿਆ ਹੁੰਦਾ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ। ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਏਕੋ ਸਿਮਰੋ ਨਾਨਕਾ ਜੋ ਚਲ ਥਲ ਰਿਹਾ ਸਮਾਏ, ਦੂਜਾ ਕਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਇਸ ਰੂਪ ਦੇ ਵਿੱਚ ਇਹ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਭਾਵ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਛਾਪ ਲਾ ਕੇ, ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਇਵੇਂ ਦੀਆਂ ਕੱਚੀਆਂ ਬਾਣੀਆਂ ਨੂੰ ਪ੍ਰਚਲਿਤ ਕੀਤਾ, ਅਸੀਂ ਅੱਜ ਵੀ ਉਹਨਾਂ ਨੂੰ ਸੱਚੀਆਂ ਸਮਝੀ ਬੈਠੇ ਹਾਂ। ਹਰ ਥਾਂ ਤੇ ਲਿਖਿਆ ਹੁੰਦਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸ਼ਬਦ ਨਹੀਂ ਹੈਗਾ। ਬਹੁਤ ਐਸੇ ਸ਼ਬਦ ਸੀ ਜਿਹੜੇ ਉਦੋਂ ਪ੍ਰਚਲਿਤ ਹੋਏ, ਤੇ ਉਸ ਵੇਲੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਮੈਂ ਐਸੇ ਗ੍ਰੰਥ ਦੀ ਸੰਪਾਦਨਾ ਤਹਿ ਕਾਰਨ ਕੀਚੇ ਅਬ ਗ੍ਰੰਥ, ਇਹੋ ਜਿਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਾਂਗਾ ਜਿਹਦੇ ਵਿੱਚ ਇੱਕ ਅੱਖਰ ਵੀ ਵਾਧਾ ਘਾਟਾ ਨਹੀਂ ਹੋ ਸਕਦਾ। ਜਿਹੜੇ ਵੀਰ ਗੁਰਬਾਣੀ ਦੇ ਸ਼ਬਦਾਂ ਦੇ ਕਰਮ ਅੰਕ ਦੇ ਜਾਣਕਾਰ ਨੇ, ਉਹਨਾਂ ਨੂੰ ਪਤਾ ਹੈ ਕਿ ਗੁਰਬਾਣੀ ਦੇ ਵਿੱਚ ਇੱਕ ਕੰਨਾ ਵੀ ਵੱਧ ਨਹੀਂ ਹੋ ਸਕਦਾ। ਸ਼ਬਦਾਂ ਦੀ ਵੀ ਗਿਣਤੀ ਸ਼ਬਦ ਦੇ ਪਿੱਛੇ ਦਿੱਤੀ, ਇੱਕ ਅੱਖਰ ਵੀ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਜਿਹੜੀ ਗੁਰਬਾਣੀ ਵਿਆਕਰਨ ਤੇ ਗੁਰਬਾਣੀ ਦੇ ਸ਼ਬਦਾਂ ਦੇ ਪ੍ਰਕਰਨ ਦੇ ਜਾਣੂ ਵੀਰ ਨੇ ਉਹ ਜਾਣਦੇ ਹੋਣਗੇ। ਸੋ ਇਹ ਪਹਿਲੀ ਸ਼ਿਕਾਇਤ ਜਿਹੜੀ ਉਸ ਵੇਲੇ ਹੋਈ, ਉਹ ਹੋਈ ਅਕਬਰ ਦੇ ਰਾਹੀਂ। ਤੇ ਅਕਬਰ ਨੂੰ ਸ਼ਿਕਾਇਤ ਕਿਹਨੇ ਕੀਤੀ? ਆ ਸਾਡੇ ਬੱਚੇ ਘਰਾਂ ਦੇ ਵਿੱਚ ਨਾ ਬੜਾ ਸੀਰੀਅਲ ਵੇਖਦੇ ਨੇ, ਅਕਬਰ ਬੀਰਬਲ। ਤੇ ਜੇ ਸਾਨੂੰ ਪਤਾ ਹੋਵੇ ਕਿ ਬੀਰਬਲ ਜਿਹੜਾ ਇਹ ਭਗਵਾਨ ਦਾਸ ਰਾਜਪੂਤ ਦਾ ਇੱਕ ਨੌਕਰ ਸੀ, ਤੇ ਜਦੋਂ ਅਕਬਰ ਨੇ ਜੋਧਾ ਬਾਈ ਵਿਆਹ ਕੇ ਖੜੀ ਤੇ ਇਸ ਮਹੇਸ਼ ਦਾਸ ਨਾਂ ਦੇ ਬ੍ਰਾਹਮਣ ਨੂੰ ਦਾਜ ਦੇ ਵਿੱਚ ਦਿੱਤਾ ਗਿਆ ਸੀ, ਤੇ ਅਕਬਰ ਨੇ ਬਾਅਦ ਦੇ ਵਿੱਚ ਇਸ ਦਾ ਨਾਮ ਬੀਰਬਲ ਰੱਖਿਆ। ਤੇ ਇਹ ਉਹ ਬੀਰਬਲ ਹੈ ਜਿਹੜਾ ਇਹਨਾਂ ਕਾਨਾ, ਪੀਲੂ, ਛੱਜੂ ਤੇ ਹਸਨ ਦਾ ਚੁੱਕਿਆ ਚੁਕਾਇਆ ਗੁਰੂ ਅਰਜਨ ਸਾਹਿਬ ਨੂੰ ਧਮਕੀ ਦੇ ਕੇ ਗਿਆ ਸੀ ਕਿ ਮੈਂ ਪਾਕਿਸਤਾਨ ਤੋਂ ਅਫਗਾਨਿਸਤਾਨ ਵਾਲੇ ਪਾਸੇ ਜਾ ਰਿਹਾ, ਜੇਕਰ ਮੇਰੇ ਆਉਣ ਤੱਕ ਤੁਸੀਂ ਆਪਣੀ ਇਹ ਸਿੱਖੀ ਦੀ ਦੁਕਾਨ ਬੰਦ ਨਾ ਕੀਤੀ ਤੇ ਮੈਂ ਤੁਹਾਡੇ ਤੇ ਹਮਲਾ ਕਰਾਂਗਾ। ਤੇ ਮੇਰੇ ਗੁਰੂ ਨੇ ਮੁਸਕਰਾ ਕੇ ਇੱਕ ਗੱਲ ਕਹੀ ਸੀ, ਮਹੇਸ਼ ਦਾਸ ਜਦੋਂ ਆਵੇਂਗਾ ਫਿਰ ਵੇਖੀ ਜਾਏ। ਇਹ ਜਿਹੜਾ ਬੀਰਬਲ ਸੀ, ਇਹਨੂੰ ਯੂਸਫ ਜਈਆਂ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਉੱਪਰ ਕਤਲ ਕਰ ਦਿੱਤਾ, ਇਹ ਦੁਬਾਰਾ ਆ ਹੀ ਨਹੀਂ ਸਕਿਆ। ਇਹ ਉਹ ਬੀਰਬਲ ਜਿਹਦੇ ਰੋਜ਼ ਅਸੀਂ ਚੈਨਲਾਂ ਦੇ ਉੱਪਰ ਬੈਠ ਕੇ ਰੋਜ਼ ਅਸੀਂ ਸੀਰੀਅਲ ਵੇਖਦੇ ਹਾਂ, ਅਸੀਂ ਕਦੀ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਸਾਡੇ ਗੁਰੂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਗਿਆ ਸੀ। ਤੇ ਇਹਨਾਂ ਦੇ ਵਿੱਚੋਂ ਜਿਹੜਾ ਕਾਨਾ ਸੀ, ਕਾਨਾ ਚੰਦੂ ਦਾ ਚਚੇਰਾ ਭਰਾ ਸੀ। ਹੁਣ ਗੱਲ ਆ ਜਾਂਦੀ ਹੈ ਰਿਸ਼ਤੇ ਦੀ, ਜਿਹੜਾ ਅਸੀਂ ਇੱਕ ਮਹਾਨ ਕਾਰਨ ਬਣਾ ਲਿਆ ਕਿ ਗੁਰੂ ਪਾਤਸ਼ਾਹ ਨੇ ਚੰਦੂ ਦੀ ਬੇਟੀ ਦਾ ਰਿਸ਼ਤਾ ਜਿਹੜਾ ਸੀ ਉਹ ਨਾ ਲਿਆ, ਜਿਸ ਕਰਕੇ ਚੰਦੂ ਵੀ ਗੁਰੂ ਘਰ ਦਾ ਦੋਖੀ ਬਣ ਬੈਠਾ। ਚੰਦੂ ਦੀ ਕੋਈ ਏਡੀ ਵੱਡੀ ਅਹਿਮੀਅਤ ਨਹੀਂ ਸੀ ਪੰਜਾਬ ਦੇ ਵਿੱਚ। ਪੰਜਾਬ ਦਾ ਉਸ ਵੇਲੇ ਜਿਹੜਾ ਗਵਰਨਰ ਸੀ ਉਹ ਕੁਲੀਜ ਖਾਂ ਸੀ, ਜਿਹੜਾ ਹਿੰਦੁਸਤਾਨ ਦਾ ਫੌਜਦਾਰ ਸੀ ਉਹ ਸ਼ੇਖ ਫਰੀਦ ਬੁਖਾਰੀ ਸੀ, ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ ਉਹ ਜਹਾਂਗੀਰ ਸੀ। ਸੋ ਚੰਦੂ ਦੀ ਕੋਈ ਏਡੀ ਵੱਡੀ ਅਹਿਮੀਅਤ ਨਹੀਂ ਹੈ ਕਿ ਉਹਦੀ ਕੁੜੀ ਦਾ ਰਿਸ਼ਤਾ ਨਾ ਹੋਵੇ ਤੇ ਉਹ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣ ਸਕੇ। ਅਸੀਂ ਬਹੁਤ ਸ਼ਹੀਦੀ ਦੇ ਪੈਰਾਮੀਟਰ ਨੂੰ ਛੋਟਾ ਕਰਦੇ ਜਾ ਰਹੇ ਹਾਂ। ਇਹ ਗੱਲ ਬਿਲਕੁਲ ਠੀਕ ਹੈ ਕਿ ਚੰਦੂ ਦੀ ਹੰਕਾਰ ਦੇ ਕਰਕੇ, ਉਹਦੀ ਹੋਮੇ ਦੇ ਕਰਕੇ ਗੁਰੂ ਘਰ ਦੇ ਵੱਲੋਂ ਉਸ ਰਿਸ਼ਤੇ ਨੂੰ ਮੋੜਿਆ ਗਾ, ਪਰ ਉਹ ਕਾਰਨ ਨਹੀਂ ਹੈ, ਉਹ ਕੇਵਲ ਇੱਕ ਸਹਿ ਕਾਰਨ ਹੈ। ਚੰਦੂ ਨੇ ਪਿਰਥੀ ਚੰਦ ਦੇ ਨਾਲ ਮਿਲ ਕੇ ਕੇਵਲ ਇੱਕ ਛੋਟੇ ਜਿਹੇ ਜਰਨੈਲ ਸੁਲਹੀ ਤੇ ਸੁਲਭੀ ਖਾਨ ਨੂੰ ਚੜ੍ਹਾ ਕੇ ਲਿਆਂਦਾ, ਜਿਹਦਾ ਪ੍ਰਮਾਣ ਸਾਨੂੰ ਗੁਰਬਾਣੀ ਚ ਮਿਲਦਾ ਹੈ, ਸੁਲਹੀ ਤੇ ਨਾਰਾਇਣ ਰਾਗ। ਇਹ ਜਿਹੜੇ ਦੋਵੇਂ ਪਠਾਨ ਸੀ, ਇਹ ਦੋ ਵਾਰੀ ਵਾਰੀ ਗੁਰੂ ਸਾਹਿਬ ਦੇ ਉੱਪਰ ਹਮਲਾਵਰ ਹੋ ਕੇ ਆਏ ਨੇ।
ਇੱਕ ਦੀ ਆਵੇ ਦੇ ਵਿੱਚ ਡਿੱਗਣ ਦੇ ਨਾਲ ਮੌਤ ਹੋ ਗਈ ਤੇ ਦੂਸਰੇ ਨੂੰ ਪੇਟ ਦਰਦ ਐਵੇਂ ਦੀ ਹੋਈ ਕਿ ਉਹਨੂੰ ਮੌਤ ਹੋ ਗਈ। ਪਰ ਮੇਰੇ ਗੁਰੂ ਪਾਤਸ਼ਾਹ ਨੇ ਜਦੋਂ ਉਹਨਾਂ ਦੀ ਆਮਦ ਬਾਰੇ ਵੀ ਸੁਣਿਆ ਸੀ, ਸਿੱਖਾਂ ਨੇ ਕਿਹਾ ਪਾਤਸ਼ਾਹ ਕੁਛ ਕਰੀਏ, ਤੇ ਮੇਰੇ ਪਾਤਸ਼ਾਹ ਨੇ ਇੱਕ ਸ਼ਬਦ ਵਰਤਿਆ, ਮੈਂ ਸਭ ਕਿਛ ਛੋੜ ਪ੍ਰਭ ਤੁਧ ਹੀ ਦਿਆ। ਪਰਮਾਤਮਾ ਆਪੇ ਕਰ ਦੇਵੇਗਾ। ਗੁਰੂ ਘਰ ਦੇ ਦੋਖੀ ਸੀ, ਦੋਵੇਂ ਖਤਮ ਹੋਏ। ਉਸ ਤੋਂ ਅਗਲਾ ਕਾਰਨ ਜਿਹੜਾ ਉਹ ਬੜਾ ਅਹਿਮ ਹੈ, ਤੇ ਮੈਨੂੰ ਇਹ ਵੀ ਪਤਾ ਹੈ ਕਿ ਉਸ ਕਾਰਨ ਦਾ ਤੁਹਾਨੂੰ ਗੁੱਸਾ ਵੀ ਬੜਾ ਲੱਗਣਾ, ਕਿਉਂਕਿ ਵੀਰਵਾਰ ਕਬਰਾਂ ਤੇ ਤੇਲ ਅਸੀਂ ਸਾਰੇ ਪਾਉਂਦੇ। ਉਹ ਕਾਰਨ ਹੈ ਸਖੀ ਸਰਵਰ ਮਤ। ਸਖੀ ਸਰਵਰ ਮਤ ਅਹਿਮ ਕਾਰਨ ਕਿਉਂ ਹੈ? ਸਖੀ ਸਰਵਰ ਹੈ ਕੌਣ? ਉਹੀ ਸਖੀ ਸਰਵਰ ਨੇ ਜਿਸ ਸਖੀ ਸਰਵਰ ਦਾ ਵਡੇਰਾ 1120 ਦੇ ਵਿੱਚ ਬਗਦਾਦ ਤੋਂ ਪਾਕਿਸਤਾਨ ਦੇ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਪਿੰਡ ਨਗਾਹੇ ਆਇਆ, ਜਿਹਨੂੰ ਤੁਸੀਂ ਪੀਰ ਨਗਾਹੇ ਵਾਲਾ ਕਹਿੰਦੇ ਹੋ, ਕਿਸੇ ਨੂੰ ਲਾਲਾਂਵਾਰਾ ਪੀਰ ਕਹਿੰਦੇ ਆ, ਕਿਸੇ ਨੂੰ ਲੱਖਦਾਤਾ ਕਹਿੰਦੇ ਆ। ਇਹ ਉਹੀ ਪੀਰ ਹੈ ਜਿਹੜਾ ਉਸ ਵੇਲੇ ਆਇਆ। ਇਹਦੀ ਘਰਵਾਲੀ ਦਾ ਨਾਮ ਬੀਬੀ ਬਾਈ ਸੀ। 1252 ਦੇ ਵਿੱਚ ਇਸਦੀ ਮੌਤ ਹੋਈ। ਇਹਨੂੰ ਧੌਕਲ ਦੇ ਨੇੜੇ ਜਿਹੜਾ ਸੀ ਦਫਨਾਇਆ ਗਿਆ। ਇਸ ਕਰਕੇ ਇਸਨੂੰ ਕਈ ਨਗਾਹੇ ਵਾਲਾ ਕਹਿੰਦੇ ਨੇ, ਕਈ ਜਾਰਵੀ ਵਾਲਾ ਕਹਿੰਦੇ ਨੇ, ਕਈ ਲੱਖਦਾਤਾ ਕਹਿੰਦੇ ਨੇ। ਇਹ ਸਖੀ ਸਰਵਰ ਸੀ। ਇਹਨਾਂ ਦਾ ਕੰਮ ਕੀ ਸੀ? ਇਸਲਾਮ ਧਰਮ ਦੇ ਵਿੱਚ 4 ਗੁਨਾਹ ਨੇ। ਜਿਸ ਤਰ੍ਹਾਂ ਸਿੱਖ ਧਰਮ ਦੀ ਜਦੋਂ ਅਸੀਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ, ਤਾਂ ਸਾਡੀ ਰਹਿਤ ਮਰਿਆਦਾ ਦੇ ਵਿੱਚ ਬੱਜਰ ਕੁਰਹਿਤਾ ਨੇ। ਸਾਡੀ ਰਹਿਤ ਮਰਿਆਦਾ 'ਚ ਸਾਡੀ ਜ਼ਿੰਦਗੀ ਦਾ ਨਿਯਮ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਸਲਾਮ ਦੀ ਤਾਰੀਖੇ ਅਤੇ ਤਲੀਮੁਲ ਇਸਲਾਮ ਪੜ੍ਹਦੇ ਹਾਂ, ਇਸਲਾਮ ਦੇ ਵਿੱਚ 4 ਗੁਨਾਹ ਨੇ ਕਿ ਮੁਸਲਮਾਨ ਨੇ ਆ 4 ਗੁਨਾਹ ਨਹੀਂ ਕਰਨੇ। ਉਹ ਗੁਨਾਹ ਕਿਹੜੇ ਨੇ? ਪਹਿਲਾ ਗੁਨਾਹ ਹੈ ਕੁਫਰ, ਪਰਮਾਤਮਾ ਨੂੰ ਨਾ ਮੰਨਣਾ, ਅਤੇ ਨਾ ਮੰਨਣ ਵਾਲੇ ਨੂੰ ਕਹਿੰਦੇ ਨੇ ਕਾਫਰ। ਉਸ ਤੋਂ ਅਗਲਾ ਗੁਨਾਹ ਵੱਡਾ ਕਿਹੜਾ? ਸ਼ਿਰਕ, ਪਰਮਾਤਮਾ ਦੀ ਸ਼ਰੀਕੇਬਾਜ਼ੀ ਕਰਨੀ, ਮੈਂ ਕਹਿਣਾ ਕਿ ਮੈਂ ਰੱਬ ਹਾਂ। ਉਸ ਤੋਂ ਵੱਡਾ ਗੁਨਾਹ ਕਿਹੜਾ? ਸ਼ਿਰਕ ਫਿਲ ਇਬਾਦਤ, ਪਰਮਾਤਮਾ ਦੀ ਸ਼ਰੀਕੇਬਾਜ਼ੀ ਕਰਦਿਆਂ ਆਪਣੀ ਪੂਜਾ ਕਰਾਉਣੀ, ਇਹ ਵੀ ਗੁਨਾਹ ਹੈ। ਤੇ ਜੇਕਰ ਇਸਲਾਮ ਦੇ ਕਿਸੇ ਵਿਦਵਾਨ ਨੂੰ ਪੁੱਛਿਆ ਜਾਵੇ ਕਿ ਇਸਲਾਮ ਦੇ ਵਿੱਚ ਸਭ ਤੋਂ ਵੱਡਾ ਗੁਨਾਹ ਕੀ ਹੈ, ਉਹ ਹੈ ਬਿਦਤ। ਉਹ ਹੈ ਕਬਰ ਤੇ ਦੀਵਾ ਜਗਾਉਣਾ, ਕਬਰ ਤੇ ਤੇਲ ਚੜਾਉਣਾ, ਕਬਰ ਨੂੰ ਮੱਥਾ ਟੇਕਣਾ, ਕਬਰ ਨੂੰ ਸਿਜਦਾ ਕਰਨਾ, ਕਬਰ ਤੇ ਨਮਾਜ਼ ਪੜ੍ਹਨੀ। ਇਹ ਇਸਲਾਮ ਦਾ ਸਭ ਤੋਂ ਵੱਡਾ ਗੁਨਾਹ ਹੈ। ਤੇ ਸੱਚ ਜਾਣਿਓ, ਜਿਹੜਾ ਇਸਲਾਮ ਦੇ ਧਰਮ ਦੇ ਵਿੱਚ ਗੁਨਾਹ ਹੈ, ਅੱਜ ਦਾ ਸਿੱਖ ਕਰ ਰਿਹਾ, ਉਹ ਸਿੱਖ ਜਿਹਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋੜ ਮੜੀ ਮੱਠ ਭੂਲ ਨਾ ਮਾਨੇ, ਉਹ ਅੱਜ ਦਾ ਸਿੱਖ ਕਰ ਰਿਹਾ। ਔਰ ਇਹ ਜਿਹੜੇ ਪੀਰਖਾਨੇ ਸੀ ਸਖੀ ਸਰਵਰੀਆਂ ਦੇ, ਸਭ ਤੋਂ ਪਹਿਲਾਂ ਵੀਰਵਾਰ ਤੇਲ ਚੜਾਉਣ ਦੀ ਜਿਹੜੀ ਮਰਿਆਦਾ ਹੈ, ਇਹ ਸਖੀ ਸਰਵਰੀਆਂ ਨੇ 1252 ਦੇ ਵਿੱਚ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਵਿੱਚ ਪਿੰਡ ਨਗਾਹੇ 'ਚ ਸ਼ੁਰੂ ਕੀਤੀ ਹੈ। ਜਿਹੜੇ ਪੀਰ ਨਗਾਹੇ ਦੀਆਂ ਕੈਸਟਾਂ ਵੱਜਦੀਆਂ ਨੇ। ਹੁਣ ਇਹ ਸਮਝਦੀਏ ਕਿ ਇਹ ਆਉਣ ਤੱਕ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ 1606 ਦੇ ਵਿੱਚ, ਇਹ ਜਿਹੜੇ ਸਖੀ ਸਰਵਰੀ ਹੈ ਇਹ ਪੰਜਾਬ ਦੇ ਵਿੱਚ ਬਹੁਤ ਫੈਲ ਚੁੱਕੇ ਸੀ। ਪਰ ਜਿਹੜਾ ਇਹਨਾਂ ਦਾ ਆਗੂ ਸੀ, ਜਿਹਨੂੰ ਲਾਲਾਂ ਵਾਲਾ ਪੀਰ, ਲੱਖਾਂ ਦਾ ਦਾਤਾ, ਨਗਾਹੇ ਵਾਲਾ ਪੀਰ ਕਿਹਾ ਜਾਂਦਾ ਹੈ, ਇਹ ਪੰਜਾਬ 'ਚ ਨਹੀਂ ਜੇ ਆਇਆ। ਭਾਵੇਂ ਪੰਜਾਬ ਦੇ ਹਰ ਪਿੰਡ 'ਚ ਕਬਰਾਂ ਇਹਦੀ ਯਾਦ 'ਚ ਬਣੀਆਂ ਨੇ, ਇਹ ਪੰਜਾਬ ਨਹੀਂ। ਅਸੀਂ ਟੇਕਦੇ ਹਾਂ ਮੱਥੇ, ਮੈਨੂੰ ਕਹਿਣ 'ਚ ਕੋਈ ਗਰਜ ਨਹੀਂ ਹੈ, ਕਿਉਂਕਿ ਬਾਅਦ 'ਚ ਤੁਸੀਂ ਬੁਲਾਇਓ ਨਾ ਬੁਲਾਇਓ ਤੁਹਾਡੀ ਮਰਜ਼ੀ ਹੈ, ਮੇਰਾ ਤਾਂ ਕੰਮ ਹੈ ਸੱਚ ਬੋਲਣਾ। ਅਸੀਂ ਮੱਥੇ ਟੇਕਦੇ ਹਾਂ ਕਬਰਾਂ, ਅਸੀਂ ਜਾਂਦੇ ਹਾਂ ਵੀਰਵਾਰ ਤੇਲ ਚੜਾਉਣ ਦੇ ਵਾਸਤੇ। ਪਰ ਮੇਰੇ ਗੁਰੂ ਬਾਬੇ ਨੇ ਕਿਹਾ, ਦੁਬਧਾ ਨਾ ਪੜਿਓ ਹਰ ਬਿਨ ਹੋਰ ਨਾ ਪੂਜਿਓ ਮੜੀ ਮਸਾਣ ਨਾ ਜਾਈ। ਜਿਹੜੇ ਖੁਦ ਕਬਰਾਂ 'ਚ ਨੇ ਤੁਹਾਨੂੰ ਕੁਛ ਨਹੀਂ ਦੇਣਗੇ, ਇਹ ਮੇਰੇ ਗੁਰੂ ਪਾਤਸ਼ਾਹ ਦਾ ਹੁਕਮ ਹੈ। ਤੇ ਜਿਸ ਸਿੱਖ ਨੂੰ ਇਸ ਹੁਕਮ ਦਾ ਪਤਾ ਹੈ ਨਾ ਕਿ ਜੋਤ ਤੇ ਜੁਗਤ ਦੀ ਵਰਤਾਰੇ ਦੇ ਵਿੱਚ ਦਸਮ ਪਾਤਸ਼ਾਹ ਨੇ ਸਾਨੂੰ ਕਹਿ ਦਿੱਤਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਉਹ ਸਿੱਖ ਦਾ ਸਿਰ ਕਿਤੇ ਹੋਰ ਨਹੀਂ ਚੁੱਕਣਾ ਚਾਹੀਦਾ, ਚਾਹੇ ਉਹ ਕੋਈ ਸੱਪ ਹੋਵੇ, ਕੋਈ ਨਾਗ ਹੋਵੇ, ਕੋਈ ਦੇਵਤਾ ਹੋਵੇ, ਕੋਈ ਕਬਰ ਹੋਵੇ, ਸਿੱਖ ਦਾ ਸਿਰ ਨਹੀਂ ਚੁੱਕਣਾ ਚਾਹੀਦਾ ਇਸ ਗੁਰੂ ਬਾਬੇ ਤੋਂ ਅੱਗੇ। ਤੇ ਜਿੱਦਣ ਸਾਨੂੰ ਇਸ ਦੇ ਭੈ ਦੇ ਵਿੱਚ ਰਹਿਣਾ ਆ ਗਿਆ ਨਾ, ਫਿਰ ਸੰਸਾਰ ਦੀਆਂ ਬਾਕੀ ਚੀਜ਼ਾਂ ਦੇ ਅਸੀਂ ਭੈ ਤੋਂ ਆਪਣੇ ਆਪ ਹੀ ਮੁਕਤ ਹੋ ਜਾਣਾ, ਜਿੱਦਣ ਇਸ ਗੁਰੂ ਦੇ ਭੈ ਦੇ ਵਿੱਚ ਸਾਨੂੰ ਰਹਿਣਾ ਆ ਗਿਆ। ਤੇ ਇਹ ਜਿਹੜੇ ਅਗਲੇ ਕਾਰਨ ਨੇ ਸਖੀ ਸਰਵਰ ਮਤ, ਸਖੀ ਸਰਵਰ ਮਤ ਕੀ ਕਰਦਾ ਸੀ ਕਿ ਸਖੀ ਸਰਵਰ ਮਤ ਆਮ ਭੋਲੇ ਭਾਲੇ ਹਿੰਦੂ ਤੇ ਆਮ ਹੋਰ ਧਰਮੀ ਲੋਕਾਂ ਨੂੰ ਇਸਲਾਮ ਧਰਮ ਦੇ ਵਿੱਚ ਲੈ ਕੇ ਆਉਂਦਾ ਸੀ। ਤੇ ਜਦੋਂ ਇਸ ਇਲਾਕੇ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਸਿੱਖੀ ਦਾ ਇੰਨਾ ਪ੍ਰਚਾਰ ਕੀਤਾ, ਤਾਂ ਪਹਿਲਾ ਸਿੱਖੀ ਸਰਵਰ ਦਾ ਜਿਹੜਾ ਸਭ ਤੋਂ ਵੱਡਾ ਕੇਂਦਰ ਟੁੱਟਿਆ, ਉਹ ਸੀਗਾ ਪਿੰਡ ਕੰਗਮਾਈ ਦੇ ਰਹਿਣ ਵਾਲੇ ਭਾਈ ਮੰਝ ਜੀ ਜਾ ਰਹੇ ਸੀ ਸਖੀ ਸਰਵਰ ਵੱਲ। ਤੇ ਜਦੋਂ ਅੰਮ੍ਰਿਤਸਰ ਹਨੇਰਾ ਹੋ ਗਿਆ ਨਾ, ਰਾਹ 'ਚ ਲੋਕਾਂ ਨੂੰ ਲੁੱਟ ਲਿਆ ਜਾਂਦਾ ਸੀ, ਤੇ ਅੰਮ੍ਰਿਤਸਰ ਰੁਕ ਗਏ। ਤੇ ਜਦੋਂ ਅੰਮ੍ਰਿਤਸਰ ਰੁਕੀ ਸੰਗਤ, ਸਖੀ ਸਰਵਰ ਦੀ ਸੰਗਤ ਰੁਕ ਗਈ ਹੈ ਗੁਰੂ ਦੇ ਦਰਬਾਰ ਦੇ ਵਿੱਚ, ਉਹਦੇ ਗੁਰੂ ਦੇ ਸਿੱਖ ਨੇ। ਉੱਥੇ ਜਦੋਂ ਸੰਗਤ ਰੁਕੀ ਹੈ, ਤਾਂ ਇਹ ਭਾਈ ਮੰਝ ਜਿਹੜਾ, ਇਹ ਇੱਕ ਸਿੱਖ ਨੂੰ ਪੁੱਛਦਾ ਹੈ, ਕਹਿੰਦਾ ਕਿ ਜਿਸ ਅਸਥਾਨ ਦੇ ਉੱਪਰ ਰੁਕੇ ਹੈ, ਇਸ ਅਸਥਾਨ ਦਾ ਗੁਰੂ ਕਿਹੜਾ, ਗੁਰੂ ਅਰਜਨ ਕਿਹੜਾ? ਤੇ ਸਿੱਖ ਜਵਾਬ ਪਤਾ ਕੀ ਦਿੰਦਾ,
ਕਹਿੰਦਾ ਕਾਬਲ ਤੋਂ ਸੰਗਤ ਆ ਰਹੀ ਹੈ ਤੇ ਉਹ ਜਿਹੜਾ ਸੰਗਤ ਦੇ ਸਿੱਖਾਂ ਦੇ ਵਿੱਚ ਬੈਠਾ ਸੰਗਤ ਦੇ ਜੋੜੇ ਸਾਲ ਕਰ ਰਿਹਾ ਉਹ ਗੁਰੂ ਅਰਜਨ। ਨਿਰਮਾਣਤਾ ਵੇਖਿਓ ਗੁਰੂ ਦੀ, ਕਾਬਲ ਤੋਂ ਸੰਗਤ ਆਈ ਹੈ ਤੇ ਜਿਹੜਾ ਸੰਗਤ ਦੇ ਜੋੜਿਆਂ 'ਚ ਬਹਿ ਕੇ ਜੋੜੇ ਸਾਫ਼ ਕਰ ਰਿਹਾ ਉਹ ਗੁਰੂ ਅਰਜਨ ਸਾਹਿਬ ਹੈ। ਤੇ ਭਾਈ ਮੰਝ ਦੀਆਂ ਅੱਖਾਂ ਚੱਥਨੂ ਆ ਗਏ ਸੀ। ਸਖੀ ਸਰਵਰ ਦਾ ਪ੍ਰਚਾਰੀ ਹੁਣ ਜਾ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਤੇ ਸਿਰ ਰੱਖ ਕੇ ਕਹਿੰਦਾ ਪਾਤਸ਼ਾਹ ਸਿੱਖੀ ਬਖਸ਼ ਦਿਓ। ਤੇ ਮੇਰੇ ਗੁਰੂ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਸੁਣ ਕੇ ਸ੍ਰੀ ਅਰਜਨ ਫਰਮਾਇਓ ਆਪਣੇ ਗੁਰੂ ਤੈ ਤੁਰਕ ਬਣਾਇਓ, ਤੁਰਕਨ ਕੇ ਮੁਰੀਦ ਤੁਮ ਰਹੇ ਇਤ ਗੁਰ ਸਿੱਖੀ ਦੁਰਲਭ ਹੈ। ਭਾਈ ਮੰਝ, ਜੇ ਗੁਰੂ ਘਰ ਦੀ ਗੁਰੂ ਨਾਨਕ ਦੀ ਸਿੱਖੀ ਲੈਣੀ ਹੈ ਤਾਂ ਪਹਿਲਾਂ ਆਪਣੇ ਮਨ ਚੋਂ ਸਖੀ ਸਰਵਰ ਦੀ ਸਿੱਖੀ ਕੱਢ। ਮੈਂ ਸਿੱਖੀ ਤੇ ਸਿੱਖੀ ਨਹੀਂ ਟਿਕਾ ਸਕਦਾ। ਅਸੀਂ ਭਾਂਡਿਆਂ ਤੇ ਭਾਂਡੇ ਤਾਂ ਟਿਕਾ ਲੈਂਦੇ ਹਾਂ, ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਅਸੀਂ ਅੱਜ ਟਿਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਗੁਰੂ ਨੇ ਭਾਈ ਮੰਝ ਨੂੰ ਕਹਿ ਦਿੱਤਾ ਸੀ ਆਪਣੇ ਗੁਰੂ ਤੈ ਤੁਰਕ ਬਣਾਇਓ, ਤੁਰਕਨ ਕੇ ਮੁਰੀਦ ਤੁਮ ਰਹੇ ਇਤ ਗੁਰ ਸਿੱਖੀ ਦੁਰਲਭ ਹੈ। ਭਾਈ ਮੰਝ, ਉਹਨਾਂ ਚਿਰ ਸਿੱਖੀ ਤੈਨੂੰ ਨਹੀਂ ਮਿਲ ਸਕਦੀ ਜਿੰਨਾ ਚਿਰ ਮਨ ਦੇ ਵਿੱਚੋਂ ਕਿਸੇ ਹੋਰ ਦੇ ਭੈ ਦੀ ਸਿੱਖੀ ਨਹੀਂ ਨਿਕਲਦੀ। ਤੇ ਮਾਫ਼ ਕਰਨਾ, ਅੱਜ ਕਿਤੇ ਟਰਾਲੀ ਲੱਗੀ ਹੋਵੇ, ਕਿਸੇ ਦੇਹਧਾਰੀ ਦੇ ਜਾਣਾ, ਕਿਸੇ ਪਖੰਡੀ ਦੇ ਜਾਣਾ, ਅਸੀਂ ਕਦੀ ਇਸ ਗੁਰੂ ਬਾਬੇ ਵੱਲ ਮੂੰਹ ਕਰਕੇ ਨਹੀਂ ਵੇਖਿਆ ਕਿ ਮੇਰੇ ਗੁਰੂ ਨੇ ਕਿਹਾ ਸੀ ਕਿ ਸਿੱਖੀ ਤੇ ਸਿੱਖੀ ਨਹੀਂ ਟਿਕਣੀ। ਅਸੀਂ ਟਿਕਾਉਣੀ ਚਾਹੁੰਦੇ ਹਾਂ ਕਿ ਕਿਤੇ ਕੋਈ ਕਬਰ ਵਾਲਾ, ਕੋਈ ਦੇਹਧਾਰੀ, ਕੋਈ ਪਖੰਡੀ ਨਾਰਾਜ਼ ਨਾ ਹੋ ਜਾਵੇ। ਮਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਲੈਣਾ, ਨਾਰਾਜ਼ ਅਸੀਂ ਉਹਨਾਂ ਨੂੰ ਵੀ ਕਰਨਾ, ਪਰ ਸਿੱਖੀ ਤੇ ਸਿੱਖੀ ਟਿਕਣੀ ਨਹੀਂ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਮੇਰੇ ਗੁਰੂ ਦਾ ਹੁਕਮ ਹੈ, ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ। ਮੇਰੇ ਗੁਰੂ ਨੇ ਕਿਹਾ ਕਿ ਤੁਰਕਨ ਕੇ ਮੁਰੀਦ ਤੁਮ ਰਹੇ ਇਤ ਗੁਰ ਸਿੱਖੀ ਦੁਰਲਭ ਹੈ। ਤੇ ਜਦੋਂ ਉਸੇ ਭਾਈ ਮੰਝ ਨੇ ਗੁਰੂ ਸਾਹਿਬ ਦੀ ਇੰਨੀ ਸੇਵਾ ਕੀਤੀ ਤੇ ਮੇਰੇ ਗੁਰੂ ਨੇ ਗਾਲਾਂ ਲਾ ਕੇ ਕਿਹਾ ਸੀ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਤੇ ਸਭ ਤੋਂ ਪਹਿਲਾਂ ਸਖੀ ਸਰਵਰੀਆਂ ਦਾ ਜਿਹੜਾ ਕੇਂਦਰ ਸੀ ਉਹ ਕੰਗਮਾਈ ਪਿੰਡ ਦੇ ਵਿੱਚ ਖਤਮ ਹੋਇਆ। ਦੂਜਾ ਕੇਂਦਰ ਜਿਹੜਾ ਸੀਗਾ, ਇਸ ਕੇਂਦਰ ਨੇ ਇਹ ਕੀਤਾ ਕਿ ਜਦੋਂ ਗੁਰੂ ਅਰਜਨ ਸਾਹਿਬ ਤਰਨ ਤਾਰਨ ਸਾਹਿਬ ਦੀ ਸੇਵਾ ਕਰਵਾ ਰਹੇ ਸੀ ਤੇ ਚੌਧਰੀ ਨੂਰਦੇਨ ਦੇ ਬੇਟੇ ਅਮਾਨਤ ਖਾਨ ਨੇ, ਜਿਹਦੀ ਜਾਚ ਪਿੰਡ ਸਰਾਏ ਅਮਾਨਤ ਖਾਨ ਬਣਿਆ, ਉਹਨੇ ਗੁਰੂ ਤਰਨ ਤਾਰਨ ਸਾਹਿਬ ਦੇ ਸਰੋਵਰ ਦੇ ਆਲਵੇ ਦੀਆਂ ਇੱਟਾਂ ਜਿਹੜੀਆਂ ਸੀ ਉਹ ਚੁਕਾ ਕੇ ਪਤਾ ਕਿੱਥੇ ਲਵਾ ਦਿੱਤੀਆਂ, ਜਿੱਥੇ ਤੁਸੀਂ ਦੁੱਧ ਚੜਾ ਕੇ ਆਉਂਦੇ ਹੋ ਸ਼ੇਖ ਪੱਤੇ ਦੇ। ਇਹ ਵੀ ਸਖੀ ਸਰਵਰ ਸੀ। ਜਿੱਥੇ ਅਸੀਂ ਮੱਝਾਂ ਦਾ ਦੁੱਧ ਲੈ ਕੇ ਜਾਂਦੇ ਨਾ, ਮੈਂ ਬੜਾ ਹੈਰਾਨ ਰਹਿੰਦਾ, ਇੱਥੇ ਕਿਸੇ ਵੀਰ ਨੂੰ ਕਹੀਏ ਨਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਸਖੀ ਸਰਵਰਾਂ ਦਾ ਹੱਥ ਹੈ, ਤੁਸੀਂ ਕਿਉਂ ਦੁੱਧ ਲੈ ਕੇ ਜਾਂਦੇ ਹੋ? ਜੀ, ਮੱਝਾਂ ਦੁੱਧ ਵੱਧ ਦਿੰਦੀਆਂ ਨੇ ਤੇ ਸੱਚ ਜਾਣੇ ਉਹ ਡੈਨਮਾਰਕ ਦੀਆਂ ਤੇ ਹੋਰ ਦੇਸ਼ਾਂ ਦੀਆਂ ਮੱਝਾਂ ਇੰਨਾ ਵੱਧ ਦੁੱਧ ਦਿੰਦੀਆਂ, ਉੱਥੇ ਤਾਂ ਮੈਂ ਕੋਈ ਸ਼ੇਖ ਖਤਾ ਵੇਖਿਆ ਨਹੀਂ। ਕਿੱਥੇ ਤੁਰੇ ਫਿਰਦੇ ਸੀ? ਦੁਨੀਆਂ ਦੇ ਬਹੁਤ ਦੇਸ਼ਾਂ ਦੇ ਵਿੱਚ 50-50 60-60 ਕਿਲੋ ਗਾਈਆਂ ਦੁੱਧ ਦੇਣ ਦੀਆਂ ਮੈਂ ਕੋਈ ਉੱਥੇ ਕਬਰ ਨਹੀਂ ਵੇਖੀ। ਕਿੱਥੇ ਪਏ ਆ? ਇਹ ਜਿਹੜਾ ਸ਼ੇਖ ਫੱਤਾ ਸੀ ਇਹ ਵੀ ਸਖੀ ਸਰਵਰ ਮਤ ਦੇ ਵਿੱਚੋਂ ਸੀ। ਇਹਦਾ ਜਿਹੜਾ ਮੰਨਣ ਵਾਲਾ ਸੀ ਚੌਧਰੀ ਅਮਾਨਤ ਖਾਨ ਤੇ ਉਹਦਾ ਬੇਟਾ ਨੂਰਦੀਨ, ਇਹਨਾਂ ਤਰਨ ਤਾਰਨ ਸਾਹਿਬ ਦੀ ਪ੍ਰਕਰਮਾ ਦੀਆਂ ਇੱਟਾਂ ਚੋਰੀ ਕਰਵਾ ਕੇ ਸ਼ੇਖ ਫੱਤੇ ਦੀ ਸਮਾਧ ਤੇ ਲਾਈਆਂ ਤੇ 1752 ਦੇ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀ ਨੇ ਦੁਬਾਰਾ ਸ਼ੇਖ ਫੱਤੇ ਦੀ ਕਬਰ ਤੋਂ ਇੱਟਾਂ ਲਾ ਕੇ ਪ੍ਰਕਰਮਾ ਦੇ ਵਿੱਚ ਜਾ ਕੇ ਗੱਡੀਆਂ ਸਿੱਖਾਂ ਨੇ ਆਪਣਾ ਬਦਲਾ ਲਿਆ। ਇਹ ਇਤਿਹਾਸ ਦੀਆਂ ਵਾਰਤਾਵਾਂ ਨੇ, ਬਿਲਕੁਲ ਇਤਿਹਾਸ ਦੀਆਂ ਵਾਰਤਾਵਾਂ। ਸੋ ਇਹ ਸਖੀ ਸਰਵਰ ਮਤ ਸੀ। ਇਹਨਾਂ ਦੇ ਉੱਪਰ ਕਿਹੜਾ ਮਤ ਸੀ ਜਿਹੜਾ ਕੰਮ ਕਰ ਰਿਹਾ ਸੀ? ਉਹ ਸੀ ਨਕਸ਼ਬੰਦੀ। ਨਕਸ਼ਬੰਦੀ ਜਿਹੜੇ ਨੇ ਉਹਨਾਂ ਦਾ ਕੰਮ ਸੀ ਰਾਜਨੀਤਿਕ ਤੌਰ ਦੇ ਉੱਪਰ ਲੋਕਾਂ ਨੂੰ ਪ੍ਰਭਾਵਿਤ ਕਰਕੇ ਇਸਲਾਮ ਦੇ ਵਿੱਚ ਲੈ ਕੇ ਆਉਣਾ। ਤੇ ਨਕਸ਼ਬੰਦੀਆਂ ਦਾ ਆਗੂ ਸਭ ਤੋਂ ਪਹਿਲਾਂ ਸੀ ਮੁਹੰਮਦ ਬਾਕੀ ਬਿੱਲਾ ਜਹਾਂਗੀਰ ਦੇ ਦਰਬਾਰ ਦੇ ਵਿੱਚ। ਬਾਕੀ ਬਿੱਲੇ ਦਾ ਚੇਲਾ ਸੀ ਸ਼ੇਖ ਅਹਿਮਦ ਸਰਹੰਦੀ। ਸ਼ੇਖ ਅਹਿਮਦ ਸਰਹੰਦੀ ਉਸ ਵੇਲੇ ਇਸਲਾਮ ਦਾ ਮੁਜੱਦਦ ਬਣਿਆ ਜਦੋਂ ਬਾਕੀ ਬਿੱਲਾ ਦੀ ਮੌਤ ਹੋਈ। ਤੇ ਇਹਦਾ ਇੱਕ ਚੇਲਾ ਸੀ ਸ਼ੇਖ ਫਰੀਦ ਬੁਖਾਰੀ ਜਿਸ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਹੁਣ ਅਸੀਂ ਉਹਨੇ ਸ਼ਹਾਦਤ ਦੇ ਵੱਡੇ ਕਾਰਨ ਵੱਲ, ਇਹ ਛੋਟੇ ਛੋਟੇ ਕਾਰਨ ਸੀ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਸ਼ਹਾਦਤ ਦਾ ਵੱਡਾ ਕਾਰਨ ਕੀ ਹੈ? ਜਹਾਂਗੀਰ ਗੁਰੂ ਸਾਹਿਬ ਨੂੰ ਜਿਹੜਾ ਹੁਕਮ ਦਿੰਦਾ ਹੈ ਤੁਸਕੇ ਜਹਾਂਗੀਰੀ ਦੇ ਵਿੱਚ, ਉਹ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਇੰਨਾ ਜ਼ਿਆਦਾ, ਉਹ ਮਾਫ਼ ਕਰਨਾ, ਮੈਂ ਗੁਰੂ ਅਰਜਨ ਸਾਹਿਬ ਗੁਰੂ ਦਾ ਸਿੱਖ ਹਾਂ ਇਸ ਕਰਕੇ ਸ਼ਬਦ ਵਰਤ ਰਿਹਾ, ਜਿਹੜੇ ਉਹਦੇ ਸ਼ਬਦ ਨੇ, ਕਹਿੰਦਾ ਕਿ ਉਸ ਗੁਰੂ ਅਰਜਨ ਨੇ ਆਪਣੇ ਝੂਠ ਦੀ ਦੁਕਾਨ ਦਾ ਇੰਨਾ ਪ੍ਰਚਾਰ ਕੀਤਾ ਹੈ ਕਿ ਬਹੁਤ ਸਾਰੇ ਹਿੰਦੂ ਤੇ ਸਿੱਖ ਜਿਹੜੇ ਨੇ ਉਹਦੇ ਮੁਰਸ਼ਿਦ ਦੇ, ਉਹਦੇ ਚੇਲੇ, ਉਹਦੀ ਉਮਤ ਬਣਦੇ ਜਾ ਰਹੇ ਨੇ ਤੇ ਉਹਦੇ ਨਾਲ ਇਸਲਾਮ ਨੂੰ ਖਤਰਾ। ਇਹ ਵੱਡਾ ਕਾਰਨ ਹੈ ਕਿ ਗੁਰੂ ਸਾਹਿਬ ਨੇ ਸਿੱਖੀ ਦਾ ਇੰਨਾ ਜ਼ਿਆਦਾ ਪ੍ਰਚਾਰ ਕੀਤਾ, ਇਸਲਾਮ ਦੇ ਛੋਟੇ ਮੋਟੇ ਕੇਂਦਰ ਜਿਹੜੇ ਸੀ ਟੁੱਟਦੇ ਜਾ ਰਹੇ ਸੀ, ਸਖੀ ਸਰਵਰ ਮਤ ਜਿਹੜਾ ਸੀ ਉਹਨੂੰ ਆਪਣਾ ਖਤਰਾ ਪੈਦਾ ਹੋ ਗਿਆ। ਹੁਣ ਉਹਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਨੂੰ ਕੀ ਖਤਰਾ ਸੀ? ਸ਼ੇਖ ਅਹਿਮਦ ਸਰਹੰਦੀ ਨੇ 73 ਚਿੱਠੀਆਂ ਮਕਤੂਬਾ ਤੇ ਇਮਾਮ ਰਬਾਨੀ ਦੇ ਵਿੱਚ, ਲਿਬਨਾਨ ਦੇ ਵਿੱਚ ਇੱਕ ਲਾਇਬ੍ਰੇਰੀ, ਉਹਦੇ 'ਚ ਉਹਦੀ ਅਸਲੀ ਕਾਪੀ ਪਈ ਆ, ਮੇਰੇ ਕੋਲੋਂ ਦੀ ਫੋਟੋ ਕਾਪੀ ਪਈ ਮੇਰੀ ਲਾਇਬ੍ਰੇਰੀ ਦੇ ਵਿੱਚ, ਮਕਤੂਬਾ ਤੇ ਇਮਾਮ ਰਬਾਨੀ ਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਨੇ 73 ਚਿੱਠੀਆਂ ਜਿਹੜੀਆਂ ਨੇ ਉਹ ਜਹਾਂਗੀਰ ਦੇ ਜਰਨੈਲਾਂ ਵੱਲ ਲਿਖੀਆਂ ਨੇ ਕਿ ਕਿਸੇ ਤਰ੍ਹਾਂ ਇਸ ਗੁਰੂ ਅਰਜਨ ਨੂੰ ਖਤਮ ਕੀਤਾ ਜਾਵੇ।
ਕਿਸੇ ਤਰ੍ਹਾਂ ਗੁਰੂ ਅਰਜਨ ਨੂੰ ਖਤਮ ਕੀਤਾ ਜਾਵੇ। ਕਿਉਂ? ਕਿਉਂਕਿ ਇਸਲਾਮ ਦੇ ਵਿੱਚ ਇੱਕ ਯਕੀਨ ਹੈ, ਇਸਲਾਮ ਦਾ ਯਕੀਨ ਹੈ ਕਿ 1000 ਸਾਲ ਬਾਅਦ ਇਸਲਾਮ ਦਾ ਰਿਫੋਰਮਰ, ਇਸਲਾਮ ਨੂੰ ਦੁਬਾਰਾ ਜਿਹੜਾ ਰੀਵਾਈਵ ਕਰਨ ਵਾਲਾ, ਦੁਬਾਰਾ ਉਹਨੂੰ ਚਮਕਾਉਣ ਵਾਲਾ ਬੰਦਾ ਪੈਦਾ ਹੁੰਦਾ ਹੈ। ਤੇ ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ, ਇਹ ਆਪਣੇ ਆਪ ਨੂੰ ਕਹਿੰਦਾ ਸੀ ਮੁਜੱਦਦ ਅਲਫ ਸਾਨੀ। ਮੁਜੱਦਦ ਹੁੰਦਾ ਰਿਫਾਰਮਰ, ਅਲਫ ਹੁੰਦਾ 1000 ਸਾਨੀ ਸਾਲ, ਵੀ 1000 ਸਾਲ ਬਾਅਦ ਮੈਂ ਹਜ਼ਰਤ ਮੁਹੰਮਦ ਸਾਹਿਬ ਦਾ ਅਵਤਾਰ ਹਾਂ। ਤੇ ਜੇਕਰ ਉਹਨੇ ਇਸ ਇਲਾਕੇ ਦੇ ਵਿੱਚ ਮੁਜੱਦਦ ਬਣਨਾ, ਤੇ ਇਸ ਇਲਾਕੇ 'ਚ ਹੋਰ ਕੋਈ ਧਰਮ ਨਹੀਂ ਹੋਣਾ ਚਾਹੀਦਾ। ਇਸ ਕਰਕੇ ਉਹ ਵੱਧ ਤੋਂ ਵੱਧ ਚਿੱਠੀਆਂ ਲਿਖਦਾ ਸੀ ਕਿ ਸਿੱਖ ਧਰਮ ਜਿਹੜਾ ਇਸ ਇਲਾਕੇ ਦੇ ਵਿੱਚੋਂ ਖਤਮ ਹੋ ਜਾਵੇ, ਤੇ ਮੈਂ ਆਪਣੇ ਆਪ ਨੂੰ ਇਸਲਾਮ ਧਰਮ ਦਾ ਦੂਜਾ ਅਵਤਾਰ ਜਿਹੜਾ ਉਹ ਅਖਵਾ ਸਕਾਂ। ਇਹਨੇ ਜਹਾਂਗੀਰ ਨੂੰ ਚਿੱਠੀਆਂ ਲਿਖੀਆਂ, ਇਹਨੇ ਮੁਹੰਮਦ ਬਾਕੀ ਬਿੱਲਾ ਦੇ ਚੇਲੇ ਸ਼ੇਖ ਫਰੀਦ ਬੁਖਾਰੀ ਨੂੰ ਚਿੱਠੀਆਂ ਲਿਖੀਆਂ, ਜਿਸ ਦਾ ਬਾਅਦ ਦੇ ਵਿੱਚ ਨਾਮ ਮੁਰਤਜ਼ਾ ਖਾਨ ਕਰਕੇ ਆਉਂਦਾ। ਸੋ ਇਹ ਸਭ ਤੋਂ ਵੱਡਾ ਕਾਰਨ ਸੀ। ਖੁਸਰੋ ਨੇ ਬਗਾਵਤ ਕਰ ਦਿੱਤੀ ਜਹਾਂਗੀਰ ਦੇ ਬੇਟੇ ਨੇ, ਤੇ ਸਭ ਤੋਂ ਪਹਿਲਾਂ ਉਹ ਥਾਣੇ ਸਰ ਆਇਆ ਜਿੱਥੇ ਸ਼ੇਖ ਨਿਜ਼ਾਮ ਥਾਣਾ ਸਰੀ ਨੇ ਉਹਨੂੰ ਜਿਹੜਾ ਸੀ ਉਹਦਾ ਸਵਾਗਤ ਕੀਤਾ। ਉਸ ਤੋਂ ਬਾਅਦ ਉਹਦੇ ਦੋ ਸਾਥੀ ਸੀ ਅਬਦੁਲ ਰਹੀਮ ਤੇ ਸ਼ੇਖ ਹੁਸੈਨ, ਉਹਨਾਂ ਨੇ ਉਹਦਾ ਸਾਥ ਦਿੱਤਾ। ਤੇ ਉਸ ਤੋਂ ਬਾਅਦ ਇੱਕ ਚਿੱਠੀ ਜਿਹੜੀ ਹੈ ਉਹ ਉਸ ਵੇਲੇ ਮੁਰਤਜ਼ਾ ਖਾਨ ਨੇ ਜਹਾਂਗੀਰ ਨੂੰ ਲਿਖੀ ਹੈ ਕਿ ਤੇਰੇ ਬਾਗੀ ਪੁੱਤ ਦੇ ਮੱਥੇ ਤੇ ਗੁਰੂ ਅਰਜਨ ਨੇ ਕੇਸਰ ਦਾ ਟਿੱਕਾ ਲਾਇਆ। ਭਾਵੇਂ ਕਿ ਜਿਸ ਵੇਲੇ ਜਹਾਂਗੀਰ ਨੇ ਉਹਦੇ ਪੁੱਤਰ ਖੁਸਰੋ ਨੇ ਗੋਇੰਦਵਾਲ